ਭਿਆਨਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਜੀ ਹਾਂ, ਦੱਸ ਦਈਏ ਕਿ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਜੇਕਰ ਬੰਦਾ ਦੇਖੇ ਤਾਂ ਉਸਦੀ ਵੀ ਰੂਹ ਕੰਬ ਜਾਵੇ। ਜੀ ਹਾਂ, ਦੱਸ ਦਈਏ ਕਿ ਇੱਕ ਕਾਰ ਨੇ ਇੱਕ ਔਰਤ ਨੂੰ ਗਲੀ ਦੇ ਵਿੱਚ ਟੱਕਰ ਮਾਰੀ ਹੈ। ਦਰਅਸਲ ਕਿਹਾ ਜਾ ਰਿਹਾ ਕਿ ਔਰਤ ਆਪਣੇ ਘਰ ਤੇ ਬਾਹਰ ਝਾੜੂ ਲਾ ਰਹੀ ਸੀ, ਪਰ ਅਚਾਨਕ ਹੀ ਕਾਰ ਬੇਕਾਬੂ ਹੋ ਜਾਂਦੀ ਹੈ ਅਤੇ ਔਰਤ ਨੂੰ ਚੁੱਕ ਕੇ ਕਈ ਫੁੱਟ ਦੂਰ ਲੈ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਦੀ ਜੋ ਟੱਕਰ ਹੈ ਉੱਥੇ ਬਣੇ ਇੱਕ ਸੀਮੈਂਟ ਦੇ ਥੜੇ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ ਔਰਤ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਗਲੀ ਦੇ ਵਿੱਚ ਮੁੜਦੀ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਤਾਂ ਇਹ ਇੱਕ ਆਟੋ ਨੂੰ ਟੱਕਰ ਮਾਰਨ ਲੱਗਦੀ ਹੈ, ਹਾਲਾਂਕਿ ਆਟੋ ਤੋਂ ਜਦੋਂ ਬਚਦੀ ਹੈ ਤਾਂ ਉਸ ਤੋਂ ਬਾਅਦ ਇਹ ਕਾਰ ਹੋਰ ਬੇਕਾਬੂ ਹੋ ਜਾਂਦੀ ਹੈ ਤੇ ਬਿਲਕੁਲ ਗਲੀ ਦੇ ਸਾਈਡ ਦੇ ਵਿੱਚ ਇੱਕ ਔਰਤ ਜਦੋਂ ਝਾੜੂ ਲਗਾ ਰਹੀ ਹੁੰਦੀ ਹੈ ਤਾਂ ਉਸ ਝਾੜੂ ਵਾਲੀ ਔਰਤ ਦੇ ਵਿੱਚ ਜਾ ਕੇ ਇਹ ਕਾਰ ਟਕਰਾਉਂਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਔਰਤ ਦੀ ਮੌਤ ਹੋ ਗਈ ਹੈ। ਤਾਂ ਭਿਆਨਕ ਤਸਵੀਰਾਂ ਦਿੱਲੀ ਤੋਂ ਸਾਹਮਣੇ ਆਈਆਂ ਨੇ। ਦਿੱਲੀ ਦੀ ਗੀਤਾ ਕਲੋਨੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। ਭਿਆਨਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਜੀ ਹਾਂ, ਦੱਸ ਦਈਏ ਕਿ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਜੇਕਰ ਬੰਦਾ ਦੇਖੇ ਤਾਂ ਉਸਦੀ ਵੀ ਰੂਹ ਕੰਬ ਜਾਵੇ। ਜੀ ਹਾਂ, ਦੱਸ ਦਈਏ ਕਿ ਇੱਕ ਕਾਰ ਨੇ ਇੱਕ ਔਰਤ ਨੂੰ ਗਲੀ ਦੇ ਵਿੱਚ ਟੱਕਰ ਮਾਰੀ ਹੈ। ਦਰਅਸਲ ਕਿਹਾ ਜਾ ਰਿਹਾ ਕਿ ਔਰਤ ਆਪਣੇ ਘਰ ਤੇ ਬਾਹਰ ਝਾੜੂ ਲਾ ਰਹੀ ਸੀ, ਪਰ ਅਚਾਨਕ ਹੀ ਕਾਰ ਬੇਕਾਬੂ ਹੋ ਜਾਂਦੀ ਹੈ ਅਤੇ ਔਰਤ ਨੂੰ ਚੁੱਕ ਕੇ ਕਈ ਫੁੱਟ ਦੂਰ ਲੈ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਦੀ ਜੋ ਟੱਕਰ ਹੈ ਉੱਥੇ ਬਣੇ ਇੱਕ ਸੀਮੈਂਟ ਦੇ ਥੜੇ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ ਔਰਤ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਗਲੀ ਦੇ ਵਿੱਚ ਮੁੜਦੀ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਤਾਂ ਇਹ ਇੱਕ ਆਟੋ ਨੂੰ ਟੱਕਰ ਮਾਰਨ ਲੱਗਦੀ ਹੈ, ਹਾਲਾਂਕਿ ਆਟੋ ਤੋਂ ਜਦੋਂ ਬਚਦੀ ਹੈ ਤਾਂ ਉਸ ਤੋਂ ਬਾਅਦ ਇਹ ਕਾਰ ਹੋਰ ਬੇਕਾਬੂ ਹੋ ਜਾਂਦੀ ਹੈ ਤੇ ਬਿਲਕੁਲ ਗਲੀ ਦੇ ਸਾਈਡ ਦੇ ਵਿੱਚ ਇੱਕ ਔਰਤ ਜਦੋਂ ਝਾੜੂ ਲਗਾ ਰਹੀ ਹੁੰਦੀ ਹੈ ਤਾਂ ਉਸ ਝਾੜੂ ਵਾਲੀ ਔਰਤ ਦੇ ਵਿੱਚ ਜਾ ਕੇ ਇਹ ਕਾਰ ਟਕਰਾਉਂਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਔਰਤ ਦੀ ਮੌਤ ਹੋ ਗਈ ਹੈ। ਤਾਂ ਭਿਆਨਕ ਤਸਵੀਰਾਂ ਦਿੱਲੀ ਤੋਂ ਸਾਹਮਣੇ ਆਈਆਂ ਨੇ। ਦਿੱਲੀ ਦੀ ਗੀਤਾ ਕਲੋਨੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। ਭਿਆਨਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਜੀ ਹਾਂ, ਦੱਸ ਦਈਏ ਕਿ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਜੇਕਰ ਬੰਦਾ ਦੇਖੇ ਤਾਂ ਉਸਦੀ ਵੀ ਰੂਹ ਕੰਬ ਜਾਵੇ। ਜੀ ਹਾਂ, ਦੱਸ ਦਈਏ ਕਿ ਇੱਕ ਕਾਰ ਨੇ ਇੱਕ ਔਰਤ ਨੂੰ ਗਲੀ ਦੇ ਵਿੱਚ ਟੱਕਰ ਮਾਰੀ ਹੈ। ਦਰਅਸਲ ਕਿਹਾ ਜਾ ਰਿਹਾ ਕਿ ਔਰਤ ਆਪਣੇ ਘਰ ਤੇ ਬਾਹਰ ਝਾੜੂ ਲਾ ਰਹੀ ਸੀ, ਪਰ ਅਚਾਨਕ ਹੀ ਕਾਰ ਬੇਕਾਬੂ ਹੋ ਜਾਂਦੀ ਹੈ ਅਤੇ ਔਰਤ ਨੂੰ ਚੁੱਕ ਕੇ ਕਈ ਫੁੱਟ ਦੂਰ ਲੈ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਦੀ ਜੋ ਟੱਕਰ ਹੈ ਉੱਥੇ ਬਣੇ ਇੱਕ ਸੀਮੈਂਟ ਦੇ ਥੜੇ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ ਔਰਤ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਗਲੀ ਦੇ ਵਿੱਚ ਮੁੜਦੀ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਤਾਂ ਇਹ ਇੱਕ ਆਟੋ ਨੂੰ ਟੱਕਰ ਮਾਰਨ ਲੱਗਦੀ ਹੈ, ਹਾਲਾਂਕਿ ਆਟੋ ਤੋਂ ਜਦੋਂ ਬਚਦੀ ਹੈ ਤਾਂ ਉਸ ਤੋਂ ਬਾਅਦ ਇਹ ਕਾਰ ਹੋਰ ਬੇਕਾਬੂ ਹੋ ਜਾਂਦੀ ਹੈ ਤੇ ਬਿਲਕੁਲ ਗਲੀ ਦੇ ਸਾਈਡ ਦੇ ਵਿੱਚ ਇੱਕ ਔਰਤ ਜਦੋਂ ਝਾੜੂ ਲਗਾ ਰਹੀ ਹੁੰਦੀ ਹੈ ਤਾਂ ਉਸ ਝਾੜੂ ਵਾਲੀ ਔਰਤ ਦੇ ਵਿੱਚ ਜਾ ਕੇ ਇਹ ਕਾਰ ਟਕਰਾਉਂਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਔਰਤ ਦੀ ਮੌਤ ਹੋ ਗਈ ਹੈ। ਤਾਂ ਭਿਆਨਕ ਤਸਵੀਰਾਂ ਦਿੱਲੀ ਤੋਂ ਸਾਹਮਣੇ ਆਈਆਂ ਨੇ। ਦਿੱਲੀ ਦੀ ਗੀਤਾ ਕਲੋਨੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ।